ਕੋਈ
ਜਿਨ੍ਹਾਂ ਦੇ ਕੋਲ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ, ਉਹਨਾਂ ਨੂੰ ਅੰਦਰਲੀ ਤੇ ਬਾਹਰਲੀ ਜਿਹੜੀ ਤਪਸ਼ ਹੈ ਉਹ ਸਾੜ ਨਹੀਂ ਸਕਦੀ। ਗੁਰ ਕਾ ਵਚਨ ਪਸੇ ਜੀ ਨਾਲੇ ਜਲ ਨਹੀਂ ਡੋਬਾ, ਤਸਕਰ ਡੇਬਾ ਪਾਏ ਨਾ ਸਕਾ ਜਾਲੇ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਗੁਰੂ ਮਹਾਰਾਜ ਕਹਿੰਦੇ ਉਹਨਾਂ ਨੂੰ ਬਾਹਰਲੀ ਤਪਸ਼ ਵੀ ਨਹੀਂ ਸਾੜ ਸਕਦੀ। ਇਹਦਾ ਆਪਾਂ ਇਤਿਹਾਸ ਪੜ੍ਹ ਕੇ ਦੇਖੋ, ਸਿੱਧੇ ਪ੍ਰਮਾਣ ਨੇ, ਜਿਵੇਂ ਭਗਤ ਪ੍ਰਹਿਲਾਦ ਵਰਗੇ ਨਹੀਂ ਹੋਏ ਨੇ। ਉਹਦੇ ਪਿਤਾ ਨੇ ਮਾਨੋ ਕਿ ਚਿਖਾ ਤਿਆਰ ਕਰਵਾਈ, ਉਹਦੀ ਭੂਆ ਚਿਖਾ ਤੇ ਬੈਠੀ ਸੀਗੀ, ਪ੍ਰਹਿਲਾਦ ਆਪਣੀ ਬੋਕਲ ਵਿੱਚ ਗੋਦੀ ਵਿੱਚ ਲੈ ਲਿਆ, ਸੜ ਜੂਗਾ ਸਵਾਹ ਹੋ ਜੂ, ਸਾਰਾ ਝਗੜਾ ਮੁੱਕ ਜੂ। ਪਰ ਉਸ ਵੇਲੇ ਜਿਹੜਾ ਭਗਤ ਪ੍ਰਹਿਲਾਦ ਸੀ ਉਹਨੂੰ ਜਿਹੜੀ ਬਾਹਰਲੀ ਅੱਗ ਸੀਗੀ ਉਹਦੇ ਤਨ ਨੂੰ ਛੋਹ ਨਹੀਂ ਸਕੀ। ਜਿਉਂ ਦੇ ਤਿਉਂ ਅੱਗ ਦੇ ਵਿੱਚੋਂ ਨਿਕਲੇ। ਅਨੇਕਾਂ ਪ੍ਰਵਾਨ ਐਸੇ ਮਿਲਦੇ ਨੇ, ਫਿਰ ਥੰਮ ਤਪਾਏ ਗਏ ਸੀਗੇ, ਥੰਮਾਂ ਨੂੰ ਜੱਫੀ ਪਾ ਲੈ, ਥੰਮਾਂ ਜੱਫੀਆਂ ਪਾਈਆਂ ਤਾਂ ਵੀ ਕੁਛ ਨਹੀਂ ਹੋਇਆ। ਸੀਤਾ ਦਾ ਆਪਾਂ ਸੁਣਦੇ ਹਾਂ ਵੀ ਜਿਸ ਵੇਲੇ ਉਹਦੀ ਪ੍ਰੀਖਿਆ ਹੋਈ ਸੀਗੀ ਉਸ ਵੇਲੇ ਅੱਗ ਬਾਲ ਕੇ, ਕਹਿੰਦੇ ਇਹ ਸੁਣਿਆ ਵੀ ਚਲੋ ਅੱਗ ਤੇ ਬਿਠਾਇਆ ਗਿਆ, ਚਿਖਾ ਬਣਾਈ ਗਈ ਸੀ, ਪਰ ਨਹੀਂ ਉਹਦੇ ਹਿਰਦੇ ਵਿੱਚ ਵੀ ਇਹ ਮਾਨੋ ਕਿ ਪ੍ਰਤੀਕ ਹੈ ਵੀ ਉਹਨਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਦੀ ਸ਼ਕਤੀ ਸੀਗੀ। ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਸ਼ਕਤੀ ਸੀ, ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਨੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਜਿਹੜਾ ਜਲ ਹੈ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਕਿਉਂ? ਪਰਮੇਸ਼ਰ ਦੇ ਨਾਮ ਦੇ ਠੰਡੀ ਇੰਨੀ ਹੈ, ਆਨੰਦੀ ਇੰਨਾ, ਤੱਤੀਆਂ ਤਵੀਆਂ ਤੇ ਬਹਿ ਕੇ ਵੀ ਉਹ ਤਪੇ ਨਹੀਂ ਗਏ। ਇਸ ਕਰਕੇ ਗੁਰੂ ਮਹਾਰਾਜ ਪ੍ਰਮਾਣ ਕਰਦੇ ਹੈ ਜਲ ਜੋ ਬਦਾ ਨਾ ਅਗਨੀ ਸਾੜੇ, ਰੱਬਾ ਤੇਰੇ ਪਿਆਰਿਆਂ ਨੂੰ I'm not afraid to die.
ਸਾਰ ਕਹਿੰਦੇ ਸਾਰ ਵਿੱਚ ਹੋਏ ਕਹਿਲ ਮਰਨ ਦਾ
ਜਦੋਂ ਕਹਿੰਦੇ ਕਿਤੇ ਹਮਲਾ ਹੁੰਦਾ ਹੈ ਉਸ ਵੇਲੇ ਕਹਿੰਦੇ ਉਹ ਆਪਣੇ ਨੌਕਰਾਂ ਨੂੰ ਹੁਕਮ ਦਿੰਦਾ ਆਪਣੇ ਹੁਕਮ ਦੇ ਆਪਣੇ ਮਾਲਕ ਦੇ ਹੁਕਮ ਦੇ ਵਿੱਚ ਉਹ ਗੋਲੀਬਾਜ਼ੀ ਵਿੱਚ ਵੱਡਾ ਕੱਟੀ ਦੇ ਵਿੱਚ ਕਹਿੰਦੇ ਜ਼ਖਮ ਖਾ ਕੇ ਸੱਟਾਂ ਖਾ ਕੇ ਮਰ ਜਾਂਦਾ ਹੈ ਪਰ ਗੁਰਪੂਰੇ ਬਿਨ ਨੂਨਕ ਬੰਦਾ ਗੁਰਪੂਰੇ ਦੀ ਸੇਵਾ ਕੀਤੇ ਤੇ ਬਿਨ ਇੰਨਾ ਕੁਛ ਕਰਦਿਆਂ ਹੋਇਆਂ ਵੀ ਫਿਰ ਵੀ ਕਹਿੰਦੇ 84 ਲੱਖ ਜੂਨਾਂ ਦਾ ਦੁੱਖ ਭੋਗਣਾ ਪੈਣਾ ਹੈ ਇਹ ਗੁਰੂ ਦੀ ਬਖਸ਼ਿਸ਼ ਹੈ ਪਾਤਸ਼ਾਹ ਜੀ ਪ੍ਰਮਾਣ ਕਹਿੰਦੇ ਜਗਜੀਵਨ ਪੁਰਖ ਤਿਆਗ ਕੇ ਮਾਨਸ ਦੀ ਆਸ ਦੂਰੇ ਭਾਈ ਵੀ ਗੁੱਚੀ ਹੈ ਗੱਲ ਪਈ ਸੋ ਜਮ ਕੀ ਖਾਸ ਦੂਰੀ ਦਵੈਤ ਵਿੱਚ ਜਾਂ ਦੁੱਖ ਗੁਰੂ ਨੂੰ ਛੱਡ ਕੇ ਦੂਜੇ ਪਾਸੇ ਚਲਾ ਜਾਣਾ ਵਹਿਮਾਂ ਭਰਮਾਂ ਚ ਪੈ ਜਾਣਾ ਨਾਮ ਨੇ ਜਪਣਾ ਕੋਈ ਗੁਰੂ ਦੀ ਸੇਵਾ ਨਹੀਂ ਕਰਨੀ ਫਿਰ ਕੀ ਹੋਊਗਾ ਉਹ ਭਾਈ ਸਾਹਿਬ ਜੀ ਕਹਿੰਦੇ ਇੰਨਾ ਕੁਛ ਕੀਤਾ ਨਾ ਫਿਰ ਵੀ ਕਹਿੰਦੇ ਗੁਰੂ ਪੂਰੇ ਤੋਂ ਸੇਵਾ ਕੀਤੇ ਤੋਂ ਬਿਨਾਂ ਜੂਨਾਂ ਦੇ ਵਿੱਚ ਗੇੜੇ ਕੱਢਦਾ ਫਿਰਦਾ ਹੈ ਗੁਰੂ ਪੂਰੇ ਤੋਂ ਬਿਨਾਂ ਕੋਈ ਮੁਕਤ ਨਹੀਂ ਕਰ ਸਕਦਾ ਕੁਛ ਮਰਜ਼ੀ ਕਰ ਲਈ ਜ਼ਿੰਦਗੀ ਵਿੱਚ ਇਸ ਕਰਕੇ ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ ਗਾਣ ਪਾਉਗੀ ਜਮਾਗੀ ਬਾਸੀ ਬੇਮੁਖ ਹੋਇਆ ਪੁਰਾ Thank you.
ਫਿਰ ਉਹਨਾਂ ਦੇ ਲੜਾਂ ਦੇ ਵਿੱਚ ਕੀ ਹੋਣਾ, ਜਮਾਂ ਦੀ ਫਾਸੀ ਪੈ ਜਾਣੀ। ਦੋਏ ਭਾਈ ਹਜ਼ੂਰ ਕੀ ਗੱਲ ਪਈ ਸੋ ਜਨ ਕੀ ਖਾਸ, ਜਿਹਾ ਬੀਜਾ ਸੋ ਲਾਉਣਾ ਮੱਥੇ ਜੋ। ਫਿਰ ਜੈਸੇ ਮੱਥੇ ਦੇ ਲੇਖ ਲਿਖੇ ਨੇ, ਫਿਰ ਉਹ ਜਿਹੜਾ ਫਲ ਹੈ ਉਹ ਭੋਗਣਾ ਪੈਣਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਸੋ ਲਾਉਣਾ ਹੈ, ਜੋ ਮੱਥੇ ਲਿਖਿਆ ਜਿਹੜਾ ਇਹਨੇ ਬੀਜਿਆ ਹੈ ਗਲ ਪ੍ਰਿਸ਼ਤ ਨੂੰ ਕਿ ਖਾਸ ਜਿਹਾ ਬੀਜਿਆ ਸੋ ਲਾਉਣਾ ਮੱਥੇ ਜੋ ਲਿਖਿਆਸ। ਮਾੜੇ ਕਰਮਾਂ ਦਾ ਫਿਰ ਮਾੜਾ ਹੀ ਫਲ ਹੋਇਆ ਕਰਦਾ। ਇਹਨੇ ਬੀਜੀ ਐਸਾ ਵੀ ਗੁਰੂ ਦਾ ਹੁਕਮ ਹੀ ਨਹੀਂ ਮੰਨਿਆ, ਗੁਰੂ ਦੀ ਸੇਵਾ ਹੀ ਨਹੀਂ ਕੀਤੀ। ਜੇ ਕੋਈ ਮਾੜੇ ਬੀਜ ਬੀਜਦਾ ਉੱਥੇ ਚੰਗੇ ਫਲ ਥੋੜਾ ਮਿਲਦੇ ਨੇ। ਵੀ ਜੈਸੇ ਕੋਈ ਫਸਲ ਬੀਜੇਗਾ ਜਿਵੇਂ ਕਣਕ ਬੀਜ ਕੇ ਮੱਕੀ ਨੀ ਵੱਢੀ ਜਾਂਦੀ, ਮੱਕੀ ਬੀਜ ਬੀਜ ਕਣਕ ਨੀ ਵੱਢੀ ਜਾਂਦੀ। ਧਰਤੀ ਵਿੱਚ ਜੈਸਾ ਕੋਈ ਬੀਜ ਬੀਜਦਾ ਹੈ ਉਹ ਬੀਜਣ ਵਾਲੇ ਨੂੰ ਉਹ ਬੀਜੇ ਬੀਜ ਦਾ ਹਜ਼ਾਰਾਂ ਗੁਣਾ ਵੱਧ ਕੇ ਫਲ ਮਿਲਦਾ। ਜੈਸਾ ਮਰਜ਼ੀ ਬੀਜ ਜਿਹੜੇ ਉਹ ਧਰਤੀ ਵਿੱਚ ਚੰਗੇ ਬੀਜ ਬੀਜ ਲਾਂਗੇ ਚੰਗੇ ਆਪਾਂ ਨੂੰ ਫਲ ਮਿਲਣਗੇ। ਜੇ ਮਾੜੇ ਬੀਜ ਬੀਜਾਂਗੇ ਨਾ ਆਪਾਂ ਨੂੰ ਉਹਨਾਂ ਦਾ ਫਿਰ ਮਾੜਾ ਹੀ ਫਲ ਹੈ ਭਾਈ। ਬੀਜਾ ਬਿਖ ਮੰਗਾ ਅੰਮ੍ਰਿਤ। ਹੁਣ ਕਹੇ ਵੀ ਮੈਨੂੰ ਕੋਈ ਦੁੱਖ ਨਾ ਮਿਲੇ, ਮੈਨੂੰ ਜਮਾਂ ਦੀ ਮਾਰ ਨਾ ਪਵੇ, ਉਹ ਦੇਖਤਾ ਸੀ ਆਪਣਾ ਜੀਵਨ ਵੀ ਗੁਰੂ ਵਾਲਾ ਬਣੇ, ਗੁਰੂ ਦੀ ਗੱਲ ਤੇ ਮੰਨੀ ਜੀਵਨ ਦੇ ਵਿੱਚ, ਕਦੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਬੈਠਾ, ਕਦੇ ਘੰਟਾ ਦਾ ਘੰਟਾ। ਇਹ ਤਾਂ ਤੂੰ ਗੁਰੂ ਦੇ ਨਾਲ ਜੁੜਿਆ ਹੋਏ ਹੈ, ਫਿਰ ਤਾਂ ਤੈਨੂੰ ਅੰਮ੍ਰਿਤ ਰੂਪੀ ਸੁੱਖ ਮਿਲ ਜੂਗਾ, ਫਿਰ ਤਾਂ ਤੂੰ ਹੱਕਦਾਰ ਹੈ। ਹਾਂ ਜੇ ਤੂੰ ਕਦੇ ਗੁਰੂ ਦੀ ਗੱਲ ਇਹ ਨਹੀਂ ਕੀਤੀ, ਗੁਰੂ ਦੇ ਚਰਨਾਂ ਵਿੱਚ ਪਹੁੰਚੇ ਨੀਗਾ, ਸਾਰੀ ਜ਼ਿੰਦਗੀ ਐਵੀਂ ਬਸ ਦੁਨਿਆਵੀ ਧੰਦੇ ਚ ਬਿਤਾ ਦਿੱਤੀ, ਦੋ ਕਿਰਤੀ ਵਿੱਚ ਬਿਤਾ ਦਿੱਤੀ, ਫਿਰ ਤੂੰ ਸੁੱਖ ਮੰਗੇ ਫਿਰ ਤਾਂ ਮਿਲ ਸਕਦਾ ਭਾਈ। ਇਹ ਤਾਂ ਨਿਆਂ ਹੈ, ਜਿਹਾ ਬੀਜਿਆ ਸੋ ਲਾਉਣਾ ਮੱਥੇ ਜੋ ਪਰਿੰਦਾ ਲੋੜਾ ਦਾ ਕਮਜ਼ੋਰੀਆਂ। ਕਹਿੰਦੇ ਮੂਰਖ ਚੱਟ ਕੇ ਖੇਤਾਂ ਦੀ ਘਰਾਂ ਬੀਜਦਾ ਕਰਦਾ ਸੀ, ਜੰਪੀਆਂ ਕਹਿੰਦੇ ਮੈਨੂੰ ਦੱਸਾਂ ਵੀ ਬੀਜੇ ਕਿਸ ਤਰ੍ਹਾਂ ਦੇ ਬੀਜ ਨੇ, ਉੱਥੇ ਕੰਡੀ ਉੱਗਣਗੇ। ਮਾੜੇ ਕਰਮ ਕਰਦਾ ਦੁਖੀ ਮਿਲਣਗੇ, ਦੁਖੀ ਭੋਗੇਗਾ ਭਾਈ। ਫਰੀਦਾ ਦੁਰਡਾ ਦਸ ਕਮਜ਼ੋਰੀਆਂ, ਕਿੱਕਰ ਬੀਜਿਆ ਜੱਟ, ਠੰਡੇ ਉੱਨ ਕਤਾਂ ਦਾ ਪੈਂਦਾ ਲੋੜਾ। ਆਪਣੇ ਘਰ ਵਿੱਚ ਕਹਿੰਦੇ ਬੋਤਿਆਂ ਦੀ ਉੱਨ ਕੱਪ ਰਹੇ ਹੈ, ਭਾਰ ਦਾ ਰੇਸ਼ਮੀ ਕੱਪੜਿਆਂ ਤੋਂ ਇਹ ਥੋੜਾ ਹੋ ਸਕਦਾ। ਜੈਸਾ ਤੂੰ ਕਰਮ ਕਰਨੇ ਹੈ, ਭਗਤ ਫਰੀਦ ਜੀ ਪ੍ਰਮਾਣ ਕਰਦੇ ਕਹਿੰਦੇ ਭਾਈ ਕੇ ਤੋਂ ਪਾਲਦੇ ਬਜਾਰੀ ਤੋਂ ਦੱਖਰਾ ਦੇ ਬੀਜ ਬੀਜ ਆ
ਜੀ ਕਹਿੰਦੇ ਦੇਹ ਬੀਜਿਆ ਸੋ ਲਾਉਣਾ ਮੱਥੇ ਦੋ। ਹੁਣ ਜੈਸਾ ਬੀਜ ਬੀਜਿਆ ਉਹ ਤਾਂ ਅੱਗੇ ਇਹਨੂੰ ਕੱਟਣਾ ਹੀ ਪੈਣਾ। ਜੇ ਤੂੰ ਗੁਰੂ ਤੋਂ ਬੇਮੁਖ ਹੋਏ ਹੈ ਤਾਂ ਫਿਰ ਦੁੱਖ ਤਾਂ ਭੋਗਣੇ ਪੈਣਗੇ, ਉੱਥੇ ਇਹ ਗੱਲ ਨਹੀਂ ਬਣਦੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰਹਿਣ ਬਿਆਣੀ ਪੁੱਛੋ ਤਾਂ ਉੱਠ ਚੱਲੀ ਗਈ ਨਿਰਾਸ। ਦੁਨਿਆਵੀ ਧੰਦੇ ਕਰਦੇ ਦੁਨਿਆਵੀ ਕਰਮ ਕਰਦੇ ਆ, ਜਿਹੜੀ ਮਨਮੁੱਖਾਂ ਦੀ ਜ਼ਿੰਦਗੀ ਸੀਗੀ ਸਾਰੀ ਬਤੀਤ ਹੋ ਗਈ। ਫਿਰ ਪਛਤਾਪ ਕਰਦਾ, ਫਿਰ ਸੋਚਦਾ ਕਰਦਾ ਰਹਿਣ ਬਿਆਨ ਉੱਠ ਚੱਲੀ, ਰਹਿਣ ਬਿਆਨੀ ਪੁੱਛੋ ਤਾਂ ਉੱਠ ਚੱਲੀ ਗਈ। ਫਿਰ ਤਾਂ ਨਿਰਾਸ ਹੀ ਹੋ ਕੇ ਉੱਠਣ ਤੁਰਨਾ ਪਊਗਾ ਨਾ। ਜਦੋਂ ਖੱਟਣ ਵੇਲ ਭਾਵ ਕਿ ਜਦੋਂ ਖੜ ਕਮਾਈ ਕਰਨ ਦਾ ਵੇਲਾ ਸੀ, ਸਮਾਂ ਸੀ, ਉਸ ਵੇਲੇ ਸੋਚੀਏ ਆਪਾਂ। ਇਹ ਤਾਂ ਗੁਰੂ ਬਾਣੀ ਕਹਿੰਦੇ ਬਾਣੀ ਤੋਂ ਆਇਓ ਰਾਹਾ ਲੈਣ ਲੱਗਾ ਪਕੜੇ ਸਾ ਮੁਕਦੀ ਚੱਲੀ। ਆ ਸਾਰੇ ਧੰਦੇ ਧਾਰਾਂ ਦੇ ਵਿੱਚ ਜ਼ਿੰਦਗੀ ਲੰਘ ਗਈ। ਸਾਰੇ ਬੱਚੇ ਬੁੜਿਆਂ ਨੂੰ ਕਹਿੰਦੇ ਬਾਬਾ ਕੋਈ ਨੀ ਬਥੇਰਿਆ ਕਰਦਾ ਤੂੰ ਲੱਗਦਾ ਗੁਰਦੁਆਰੇ, ਫਿਰ ਵੀ ਖੱਤੇ ਗੇੜੇ ਕੱਢਦਾ ਚੁਰੀ ਜਾਂਦਾ, ਫਿਰ ਵੀ ਨਿਕਲ ਨੂੰ ਆਉਂਦਾ। ਸਮਝਾਈਦਾ ਬਹੁਤ ਬਥੇਰੀਆਂ ਤੀਆਂ ਤਾਰੀਆਂ ਨੂੰ, ਹੁਣ ਤਾਂ ਕਹਾਣੀ ਦੀ ਨੀ ਬੀਜਦਾ, ਉੱਥੇ ਕੁਛ ਖਾਣਾ ਪਾਣੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੀ ਨਾ ਹੁਣ ਬੰਦੇ ਹਾਰ ਨਾਮ ਨਾ ਬੀਜਿਓ ਭੁੱਖਾ, ਹੁਣ ਬੱਤਰ ਹੈ ਸਮਾਂ ਹੈ, ਹੁਣ ਇੰਨੀ ਨਾ ਵਧਾ ਲਿਆ ਕਿਤੇ। ਗੁਰੂ ਚਰਨਾਂ ਵਿੱਚ ਆ ਜਾਇਆ ਕਰੋ ਘੰਟਾ ਅੱਧਾ ਘੰਟਾ। ਇਹ ਜਿਹੜੇ ਧੰਦੇ ਸੁਧਾਰ ਨੇ ਇਹ ਆਪਣੇ ਵੱਡੇ ਵੱਡੇ ਘਰ ਦੇ ਮਰ ਕੇ ਉਹਨਾਂ ਤੋਂ ਨੀ ਮੁੱਕੇ, ਆਪਾਂ ਮਰ ਜਾਂਗੇ ਆਪਾਂ ਤੋਂ ਨੀ ਮੁੱਕਣੇ, ਇਹ ਤਾਂ ਹੀ ਰਹਿਣਗੇ। ਕਿਸੇ ਪੂਰੀਆਂ ਨੀ ਪਿਆ ਕਿਸੇ ਦੀਆਂ, ਕਹਿੰਦੇ ਬਹੁਤ ਕੁਛ ਹੋ ਗਿਆ ਮੇਰਾ ਬਸ, ਹੁਣ ਜਦ ਤੂੰ ਨੀ ਹੋਵੇਗਾ ਤਦ ਵੀ ਖਾਂਦੇ ਰਹਿਣਗੇ। ਇਹ ਤੈਨੂੰ ਭੁਲੇਖਾ ਹੈ। ਇਸ ਕਰਕੇ ਗੁਰੂ ਮਹਾਰਾਜ ਪ੍ਰਮਾਣ ਕਰਦੇ ਕਹਿੰਦੇ ਭਾਈ ਫਿਰ ਜੀ ਪਛਤਾਪ ਕਰਦਾ, ਫਿਰ ਰੋਂਦਾ। ਜਿਵੇਂ ਗੁਰੂ ਨੌਵੇਂ ਪਾਤਸ਼ਾਹ ਦੇ ਜਿਹੜੀ ਬਾਣੀ ਹੈ ਨਾ, ਇਹ ਬੜੀ ਸਰਲ ਹੈ, ਆਪੇ ਉਤਰ ਆਪੇ ਸਵਾਲ ਲੈਂਦੇ ਵਿੱਚ। ਗੁਰੂ ਨੌਵੇਂ ਪਾਤਸ਼ਾਹ ਪ੍ਰਮਾਣ ਕਰਦੇ ਕਰਨਾ ਸੋ ਤੋ ਨਾ ਕੀਓ ਪਰਿਓ ਲੋਕ ਹੈ ਨਾਨਕ ਸਮਿਓ ਰਾਮ ਕੀਓ। ਅਬ ਕਿਉਂ ਰੋਬਤ ਅਗਿਆਨੀ ਉਹ ਮੂਰਖਾ, ਜਿਹੜਾ ਤੇਰਾ ਖੱਟੀ ਖੱਟਣਾ ਵੇਲਾ ਸੀ ਉਹ ਤਾਂ ਤੈਂ ਸੌਂਗ ਲੰਘਾ ਦਿੱਤਾ, ਦੁਨੀਆਂ ਦੇ ਧੰਦਿਆਂ ਨੂੰ ਲੰਘਾ ਦਿੱਤਾ, ਹੁਣ ਤਾਂ ਤੇਰੇ ਗੋਡੇ ਖੜ ਗਏ, ਹੁਣ ਪਛਤਾਪ ਕਰਦਾ ਕਰਦਾ ਤੂੰ। ਜਿਹੜਾ ਕੁਛ ਕਰਨ ਵਾਸਤੇ ਆਏ ਸੀਗੇ ਨੌਵੇਂ ਪਾਤਸ਼ਾਹ ਜੀ ਕਹਿੰਦੇ ਉਹ ਕੀਤਾ ਨਹੀਂ ਗਾ, ਨਹੀਂ ਕੀਤਾ। ਸਮਾਂ ਲੰਘ ਗਿਆ, ਵਕਤ ਉਪਜ ਡੂਮਣੀ ਗਾਵੇ ਆਲ ਪਤਾਲ। ਵਕਤ ਹੁੰਦੇ ਨੇ, ਸਮੇਂ ਹੁੰਦੇ ਨੇ, ਸਮਾਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਸਮਾਂ ਇਹ ਪਰ ਮੁੱਲ ਨਹੀਂ ਮਿਲਦਾ, ਜ਼ੋਰ ਲਾ ਲਿਓ ਤੁਸੀਂ, ਦੁਨੀਆਂ ਦੇ ਹਰੇਕ ਦੇਸ਼ ਨੂੰ ਮੁੱਲ ਮਿਲ ਜਾਊਗੀ, ਪਰ ਸਮੇਂ ਨੂੰ ਮੁੱਲ ਮਿਲਿਆ ਕਰਦੇ ਕਦੇ। ਇਸ ਕਰਕੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ ਨਾਲੇ ਰੋਵੇਗਾ ਤੇ ਰੋ ਰੋ ਤਾਂ ਮਾਰੇਗਾ, ਜਦੋਂ ਵੇਲਾ ਬੀਤ ਜਾਊਗਾ ਆ
Thank you.
ਸੰਗਤ ਕਰੀਐ ਸਾਧ ਕੀ ਅੰਤ ਕਰੇ ਸਤਸੰਗ ਨਾ ਜਾਈਐ ਜਾ ਤੇ ਹੋਏ ਸੰਗਤ ਕਰੇ ਜੇ ਸਖਤਾ ਦੀ ਸੰਗਤ ਆ ਉਹ ਕਦੇ ਨਹੀਂ ਕਰਨੀ ਚਾਹੀਦੀ ਮਹਾਂਪੁਰਖਾਂ ਦੀ ਸੰਗਤ ਜਿਹੜੀ ਅੰਤ ਤੋਂ ਲੈ ਕੇ ਕਿੰਦ ਅਖੀਰ ਤੱਕ ਜਿਵੇਂ ਮਹਾਂਪੁਰਖ ਵਾ ਕਰਪਾਲ ਸਿੰਘ ਜੀ ਕਹਿੰਦੇ ਭਾਈ ਸਾਡੇ ਕੋਲ ਦਰਗਾਹ ਦੀਆਂ ਕੁੰਜੀਆਂ ਨੇ ਮਹਾਂਪੁਰਖ ਕਹਿੰਦੇ ਕਿਹਾ ਕਰ ਦਬਾਓ ਨਾ ਸਿੰਘ ਦੇ ਕਿ ਤੇਰੀ ਬਾਂਹ ਫੜੀ ਕਹਿੰਦੇ ਇੱਥੇ ਵੀ ਫੜੀ ਆ ਤੇ ਮੈਂ ਫੜਾਂਗੇ ਆਪਾਂ ਫੜੋਗੇ ਨੀ ਵੀ ਫੜਾ ਲੈਂਦੇ ਆਪਾਂ ਭੱਜਦੇ ਬਾਹਰ ਨੂੰ ਖੜਦੇ ਨੀ ਆਪਾਂ ਸਤਿਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਹੈ ਕਿ ਜਿਨ ਕੋ ਸਾਧੂ ਭੇਟੀ ਸਦਰ ਕੇ ਹੋਏ ਖਲਾਸ ਕਰ ਕਿਰਪਾ ਪ੍ਰਭਾਪਣੀ ਤੇਰੇ ਦਰਸ਼ਨ ਹੋਏ ਕਿਰਪਾ ਚਾਰ ਪ੍ਰਕਾਰ ਦੀ ਪੰਜ ਪ੍ਰਕਾਰ ਦੀ ਕਿਰਪਾ ਹੋਇਆ ਕਰਦੀ ਪਹਿਲੀ ਕਿਰਪਾ ਪਰਮੇਸ਼ਰ ਦੀ ਆਪਾਂ ਨੂੰ ਮਨੁੱਖਾ ਜਨਮ ਦੀ ਪ੍ਰਾਪਤੀ ਹੋ ਕਿਹੜੀ ਕਿਰਪਾ ਬਣੇ ਦੂਜੀ ਕਿਰਪਾ ਗੁਰੂ ਦੀ ਨਾਮ ਦੀ ਪ੍ਰਾਪਤੀ ਹੋ ਗਈ ਤੀਜੀ ਕਿਰਪਾ ਹੁੰਦੀ ਹੈ ਕਰਮਾਂ ਦੀ ਆਪਣੀ ਚੰਗੀ ਬੁੱਧੀ ਹੈ ਚੌਥੀ ਕਿਰਪਾ ਸਾਧ ਸੰਗਤ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਦਾ ਪਤਾ ਲੱਗ ਗਿਆ ਆਪਾਂ ਨੂੰ ਪੰਜਵੀਂ ਕਿਰਪਾ ਆਪਣੀ ਆਪ ਕਰਨੀ ਹੈ ਆਪਾਂ ਨੇ ਉਦਮ ਕਰਕੇ ਉਪਰਾਲਾ ਕਰਕੇ ਹਿੰਮਤ ਕਰਕੇ ਅੰਮ੍ਰਿਤ ਵੇਲਾ ਸਾਂਭਣਾ ਅਸਾਂ ਸੰਗ ਦੀਆਂ ਘੜੀਆਂ ਸਾਂਭਣੀਆਂ ਚਾਰ ਪ੍ਰਕਾਰ ਦੀ ਕਿਰਪਾ ਪੰਜ ਪ੍ਰਕਾਰ ਦੀ ਕਿਰਪਾ ਹੋਇਆ ਕਰਦੀ ਹੈ ਚਾਰ ਪ੍ਰਕਾਰ ਦਰਸ਼ਨ ਹੋਇਆ ਕਰਦੇ ਨੇ ਇੱਕ ਚੇਤਾ ਦਰਸ਼ਨ ਹੁੰਦੇ ਜੋ ਆਪਾਂ ਫੋਟੋਆਂ ਨੇ ਕਰਦੇ ਹਾਂ ਇੱਕ ਸੁਪਨ ਦਰਸ਼ਨ ਹੋਇਆ ਕਰਦੇ ਇੱਕ ਸਰਵਣ ਦਰਸ਼ਨ ਹੋਇਆ ਕਰਦੇ ਹੈ ਇੱਕ ਪ੍ਰਤੱਖ ਦਰਸ਼ਨ ਹੋਇਆ ਕਰਦੇ ਹੈ ਤੇ ਆਪਾਂ ਨੂੰ ਹੁਣ ਦੇਖ ਰਹੇ ਆਪਾਂ ਮਹਾਂਪੁਰਖਾਂ ਦੀ ਫੋਟੋ ਆਪਾਂ ਉਪਵਾਸ ਪ੍ਰਤੱਖ ਨੂੰ ਦੇਖ ਕੇ ਸੁਪਨੇ ਵਿੱਚ ਦੇਖ ਲਿਆ ਆਪਾਂ ਨੇ ਜਾਂ ਆਪਾਂ ਨੇ ਕੰਨਾਂ ਨਾਲ ਸੁਣ ਲਿਆ ਵੀ ਪੁਰਾਣੀ ਜਗ੍ਹਾ ਮਹਾਂਪੁਰਖ ਦੇ ਮੱਗੇ ਤੋਂ ਤੇ ਆਪਣਾ ਜੀ ਕਰ ਜਾਣ ਨੂੰ ਉਹ ਸਰਵਣ ਦਰਸ਼ਨ ਹੁੰਦੇ ਹੈ ਪ੍ਰਤੱਖ ਦਰਸ਼ਨ ਜਿਵੇਂ ਆਪਾਂ ਗੁਰੂ ਪਾਤਸ਼ਾਹ ਦੇ ਕਰ ਰਹੇ ਹਾਂ ਕਰ ਕਿਰਪਾ ਪ੍ਰਭ ਆਪਣੀ ਤੇਰੇ ਚਰਨ ਹੋਏ ਨਿਵਾਸ ਸੱਚੇ ਪਾਤਸ਼ਾਹ ਦੀ ਕਿਰਪਾ ਕਰੋ ਸਾਡੇ ਹਿਰਦੇ ਵਿੱਚ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਰ ਜਾ ਕੋ ਨਹੀਂ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਵੇ ਤੇਰੇ ਦਰਸ਼ਨ ਸਾਡੇ ਤੁਸੀਂ ਪ੍ਰਤੱਖ ਹੋ ਕੇ ਜਿਵੇਂ ਧੰਨੇ ਭਗਤ ਵਰਗੇ ਹਨ ਹੋਰ ਭਗਤਾਂ ਹੁੰਦੇ ਤੇ ਨਹੀਂ ਇਸੇ ਤਰ੍ਹਾਂ ਸਾਡੇ ਤੇ ਕਿਰਪਾ ਕਰੋ ਸਾਡੇ ਤੇ ਮਿਹਰਾਂ ਕਰੋ ਮਨ ਲੋਚੈ ਗੁਰਦਰਸ਼ਨ ਤਾਂ ਹੀ ਬਿਲਕੁਲ ਉਤਰੇ ਤਰ ਕੀ ਨਿਆਂ ਤਰੀਖਾ ਨਾ ਉਤਰੈ ਸ਼ਾਂਤ ਨਾ ਆਵੈ ਤਿੰਨ ਦਰਸ਼ਨ ਭੋਲੀ ਢੋਲ ਕਮਾਏ ਗੁਰਦਰਸ਼ਨ ਸੰਤ ਇਸ ਕਰਕੇ ਬੇਨਤੀ ਗੁਰੂ ਅੱਗੇ ਸੱਚੇ ਪਾਤਸ਼ਾਹ ਕਿਰਪਾ ਕਰੋ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਵੇ ਫਿਰ ਨੀ ਖੜਦੇ ਆਪਾਂ ਫਿਰ ਤਾਂ ਭੱਜੇ ਗੁਰੂ ਘਰ ਆਵਾਂਗੇ ਗੁਰੂ ਦਰਸ਼ਨ ਕਰੀਏ ਇਸ ਕਰਕੇ ਗੁਰੂ ਪਾਤਸ਼ਾਹ ਜੀ ਪੰਜਵੇਂ ਪਾਤਸ਼ਾਹ ਕਹਿੰਦੇ ਸੀ ਮਨ ਲੋਚਦਾ ਤਰਸ ਦੀਆਂ ਅੱਖੀਆਂ ਤੇਰੇ ਆਦਰਦਾਰਿਆਂ
ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬੰਦੂਜਾ ਉਹ ਨਹੀਂ ਨਾਨਕ ਕੀ ਸੱਚੇ ਪਾਤਸ਼ਾਹ ਜੀ ਤੇਰੇ ਵਰਗਾ ਹੋਰ ਕੋਈ ਸਮਰੱਥ ਨਹੀਂ ਹੈ ਕਿਰਪਾ ਕਰੋ ਤੇਰੇ ਮੇਰੀ ਆਸ ਪੂਰੀ ਕਰੋ ਤੇਰੇ ਹਿਰਦੇ ਦੇ ਵਿੱਚ ਪ੍ਰਗਟ ਭਾਵ ਕੇ ਵਸ ਜਾਵੋ ਜਿਵੇਂ ਹਿਰਦੇ ਦੇ ਵਿੱਚ ਨਾ ਗੁਰੂ ਚਰਨਾਂ ਦਾ ਧਿਆਨ ਭਾਈ ਗੋਬਿੰਦ ਰੱਖਿਆ ਸੀਗਾ ਭਾਈ ਗੋਬਿੰਦ ਨੇ ਕਮਲ ਕੰਧਾਰ ਵਿੱਚ ਗੁਰੂ ਦੇ ਚਰਨਾਂ ਦਾ ਧਿਆਨ ਧਰ ਲਿਆ ਸੀਗਾ ਰਾਜੇ ਬ੍ਰਜ ਭਾਵ ਕੀ ਭੀਮ ਚੰਦ ਦੇ ਵਜ਼ੀਰ ਨੇ ਦੇਵੀ ਦਾਸ ਨੇ ਗੁਰੂ ਚਰਨਾਂ ਦਾ ਧਿਆਨ ਧਰਿਆ ਸੀਗਾ ਇਹਦੇ ਚੋਂ ਦਰਸ਼ਨ ਹੋਏ ਪਿਆਸ ਪ੍ਰਭ ਤੁਰਗੁਣ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਦਾ ਇਸ ਰਕ ਹੈ ਜਿਸ ਮਨ ਚਰਨ ਨਿਵਾਸ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ ਹੋ ਜਾਵੇ ਵੀ ਉਹਨਾਂ ਦਾ ਜਿਹੜਾ ਮਾਨੋ ਕਿ ਹਾੜ ਦੀ ਮਹੀਨੇ ਦੇ ਆਪਾਂ ਨੂੰ ਸਮਝਾਇਆ ਮਹਾਰਾਜਾ ਆਪਣਾ ਹਾੜ ਦਾ ਮਹੀਨਾ ਸਰੀਰ ਹੀ ਹੈ ਆਪਣਾ ਮਨੁੱਖ ਜਨਮ ਹੀ ਵੀ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਗੁਰੂ ਦੇ ਚਰਨ ਵਸ ਕੇ ਜਿਨ੍ਹਾਂ ਦੇ ਗੁਰੂ ਚਰਨਾਂ ਨਾਲ ਪਿਆਰ ਲੱਗ ਗਿਆ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਹਾੜ ਦਾ ਮਹੀਨਾ ਰੂਪੀ ਸਰੀਰ ਅਜਨਮ ਸਫਲ ਹੋ ਗਿਆ ਗੁਰਲੇਖੇ ਲੱਗ ਗਏ ਉਹਨਾਂ ਵਿੱਚ ਭਾਵ ਕੇ ਸੜਦੇ ਬਲਦੇ ਹਿਰਦਿਆਂ ਨੂੰ ਸ਼ਾਂਤੀ ਆ ਗਈ ਨਹੀਂ ਤਾਂ ਗੁਰੂ ਪਾਤਸ਼ਾਹ ਪਹਿਲੇ ਤੋਂ ਕੁਛ ਕਹਿ ਰਹੇ ਨੇ ਨਾ ਅਸੜ ਤਪੰਦਾ ਇਸ ਲੱਗਿਆ ਜਿਹਨਾਂ ਪਾਸ ਪਾਤਕ ਸਾੜ ਪਤਸ ਲੱਗਿਆ ਉਹਨੂੰ ਲੱਗਿਆ ਨਾ ਉਹਨਾਂ ਜਿਹਨਾਂ ਪਾਸ ਜਿਨ੍ਹਾਂ ਦੇ ਕੋਲ ਪਰਮੇਸ਼ਰ ਦੇ ਨਾਮ ਦਾ ਨਾਮ ਨਹੀਂ ਹੈ ਉਹਨਾਂ ਦੇ ਹਿਰਦੇ ਸੜਦੇ ਬਲਦੇ ਨੇ ਫਿਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਫਿਰ ਉਹਨਾਂ ਦੇ ਹਿਰਦੇ ਗੁਰੂ ਪਾਤਸ਼ਾਹ ਜੀ ਕਹਿੰਦੇ ਸੁੱਖ ਸ਼ਾਂਤੀ ਵਾਲੇ ਹੋ ਜਾਂਦੇ ਨੇ ਸ਼ਾਂਤ ਹੋ ਜਾਂਦੇ ਨੇ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰੋ ਜਿੰਨੀ ਵੀ ਤਰਲੇ ਕਰੋ ਪਰਮਾਤਮਾ ਦੇ ਵਾਹਿਗੁਰੂ ਜੀ ਕਿਰਪਾ ਕਰੋ ਮੇਰੇ ਹਿਰਦੇ ਵਿੱਚ ਵੀ ਆਪਣੇ ਚਰਨਾਂ ਦਾ ਨਿਵਾਸ ਬਖਸ਼ ਦਿਓ ਮੇਰੇ ਸੜਦੇ ਵਾਲਦੇ ਹੁੰਦੇ ਨੂੰ ਵੀ ਸ਼ਾਂਤੀ ਆਉਂਦਾ ਆਓ ਕਿ ਅਗਲੀ ਧਾਰਨਾ ਪੜ੍ਹੀਏ ਫਿਰ ਆਪਾਂ ਸਮਾਪਤੀ ਤੇ ਪਹੁੰਚਾਂਗੇ ਕਾਲ ਜੋਗ ਕਟਿਆ ਹਵਾ ਬਾਲਾ ਠੰਡਾ ਤੇਰਾ ਨਾਮ ਵਾਹਿਗੁਰੂ Thank you.
ਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਇੱਕੋ ਹੀ ਆਪਣੇ ਜੀਵਨ ਦੇ ਵਿੱਚ ਗੁਰੂ ਦਾ ਨਾਮ ਹੈ, ਗੁਰੂ ਦੀ ਕਿਰਪਾ ਹੋ ਜਾਵੇ, ਸੰਗਤ ਦੀ ਕਿਰਪਾ ਹੋ ਜਾਵੇ, ਮਨ ਵਿੱਚ ਵੱਸ ਜਾਵੇ ਤਾਂ ਆਪਣਾ ਜਿਹੜਾ ਮਨ ਹੈ ਤਨ ਹੈ ਇਹ ਠੰਡਾ ਠਾਰ ਹੋ ਜਾਣਾ। ਸੀਤਲ ਸੀਵਾ ਨਾਨਕਾ ਜਪਨ ਕਰੋ ਹਰ ਨਾਮ। ਫਿਰ ਆਪਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੈ, ਇਸ ਕਰਕੇ ਹਮੇਸ਼ਾ ਗੁਰੂ ਦੇ ਕੋਲੋਂ ਇਹ ਮੰਗੀ ਬਸ, ਸੰਗਤ ਸੰਗਤ ਵਿੱਚ ਆ ਕੇ ਨਾ ਮੰਗੀਏ, ਤਾਂ ਕਿ ਆਪਣਾ ਵੀ ਸੰਸਾਰ ਤੇ ਆਉਣਾ ਸਫਲ ਹੋ ਜਾਵੇ। ਗੁਰੂ ਮਹਾਰਾਜ ਕਿਰਪਾ ਕਰੋ, ਸਾਨੂੰ ਵੀ ਆਪਣੇ ਦਮ ਦੀ ਦਾਤ ਬਖਸ਼ਿਸ਼ ਕਰੋ। ਬੇਨਤੀਆਂ ਕਰਾਂਗੇ ਤਾਂ ਗੁਰੂ ਪਾਤਸ਼ਾਹ ਜੀ ਸੁਣਦੇ ਨੇ, ਮੰਨਦੇ ਨੇ, ਕਿਰਪਾ ਕਰ ਦੇਣਗੇ, ਆਪਣਾ ਜੀਵਨ ਸਫਲ ਹੋ ਜੂਗਾ। ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਇੰਨੀਆਂ ਸੰਗਤਾਂ ਗੁਰੂ ਚਰਨਾਂ ਚ ਪਹੁੰਚੀਆਂ, ਸਭ ਦਾ ਧੰਨਵਾਦ। ਗੁਰੂ ਪਾਤਸ਼ਾਹ ਕਿਰਪਾ ਕਰੇ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰੇ, ਆਪਣੇ ਦਰੋਂ ਘਰੋਂ ਨਾਮ ਦਾਨ ਸਿੱਖੀ ਭਰੋਸਾ ਦਾਨ ਬਖਸ਼ਿਸ਼ ਕਰੇ। ਜਲ ਮਿਲ ਕੇ ਆਨੰਦ ਸਿੰਘ ਜਪ ਭਾਵ ਕੇ ਫਲੋ ਭੋਗ ਦਾ ਸਲੋਕ, ਫਿਰ ਗੁਰੂ ਚਰਨਾਂ ਚ ਅਰਦਾਸ ਬੇਨਤੀ ਕਰਾਂਗੇ ਜੀ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।